ਮੈਂ ਵਿਸ਼ਵਾਸ ਕਰਦਾ ਵੀ ਇਹ ਜਿਹੜੀ ਜੁੱਤੀ ਆਪੇ ਚੱਲੇਗੀ, ਮੇਰਾ ਵਿਸ਼ਵਾਸ ਹੈ ਜੁੱਤੀ ਚੱਲੇਗੀ। ਹੁਣ ਨਹੀਂ ਚੱਲ ਰਹੀ ਨਾ ਇਹ ਗੱਲ, ਵਿਸ਼ਵਾਸ ਦੀ ਨਹੀਂ ਹੈ ਗੱਲ, ਉਹਦੇ ਆਊਟਕਮ ਦੀ ਹੈ। ਆਊਟਕਮ, ਆਊਟਕਮ ਦਾ ਮਤਲਬ ਇਹ ਨਤੀਜਾ ਨਹੀਂ ਹੈ ਕਿ ਤੁਸੀਂ ਸ਼ਾਸ ਕਰਦੇ ਹੋ ਤੋਂ ਏਦਾਂ ਜੁੱਤੀ ਚੱਲੇਗੀ। ਉਹ ਇੱਕ ਕਿਸੇ ਦੇ ਇਸ਼ਟ ਨੂੰ, ਕਿਸੇ ਦੇ ਪਰਮਾਤਮਾ ਨੂੰ ਲੈ ਕੇ ਇੱਕ, ਅਗਰ ਉਦਾਹਰਣ ਤੁਸੀਂ ਦੇਣੀ ਤਾਂ ਕੋਈ ਚੰਗੀ ਦਿਓ, ਚੰਗੀ ਉਦਾਹਰਣ ਦੇ ਨਾਲ ਗੱਲ ਕਰੋ। ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ? ਤੁਸੀਂ ਪੜ੍ਹੇ ਲਿਖੇ ਇੱਕ ਇਨਸਾਨ ਹੋ। ਪ੍ਰੇਜ਼ ਦ ਲਾਰਡ, ਹਾਲੇਲੂਇਆ, ਸਭ ਕੋ ਜੈ ਮਸੀਹ ਕੀ, ਪਰਮੇਸ਼ਰ ਸਭ ਕੋ ਆਸ਼ੀਸ਼ ਦੇ। ਜਿਵੇਂ ਤੁਸੀਂ ਜਾਣਦੇ ਹੋ ਸਾਰੇ ਕਿ ਪੰਜਾਬ ਦੇ ਵਿੱਚ ਇੱਕ ਬੜਾ ਮੁੱਦਾ ਖੜਾ ਹੋ ਚੁੱਕਾ ਆ, ਕਰੂਸੇਡ ਸ਼ਬਦ ਨੂੰ ਲੈ ਕੇ। ਇੱਕ USA ਤੋਂ ਗੁਰਪ੍ਰੀਤ, ਬਾਬਾ ਗੁਰਪ੍ਰੀਤ ਉਦਾਸੀ ਜਿਨ੍ਹਾਂ ਦਾ ਨਾਮ ਆ, ਔਰ ਇਸ ਸ਼ਬਦ ਨੂੰ ਲੈ ਕੇ ਉਹਨਾਂ ਨੇ ਬਹੁਤ ਸਾਰਾ ਵਿਵਾਦ ਖੜਾ ਕਰਤਾ ਆ। ਬਹੁਤ ਸਾਰੀਆਂ ਕਾਨਫਰੰਸ ਨੂੰ ਇਕੱਠਾ ਕਰਕੇ ਉਹਨਾਂ ਨੇ ਬਹੁਤ ਸਾਰੇ ਨਿਊਜ਼ ਚੈਨਲਾਂ ਦੇ ਉੱਪਰ ਆਪਣੀ ਬਿਆਨਬਾਜ਼ੀ ਕੀਤੀ ਆ, ਮਸੀਹ ਲੋਕਾਂ ਦੇ ਉਸ ਪ੍ਰਚਾਰ ਨੂੰ, ਉਹ ਸਭ ਕੰਮਾਂ ਨੂੰ ਉਹਨਾਂ ਨੇ ਪਖੰਡਵਾਦ ਕਿਹਾ ਆ। ਔਰ ਖਾਸ ਕਰਕੇ ਉਹਨਾਂ ਨੇ ਕਰੂਸੇਡ ਸ਼ਬਦ ਨੂੰ ਇੱਕ ਯੁੱਧ ਦਾ ਐਲਾਨ ਕੀਤਾ ਹੈ ਕਿ ਯੁੱਧ ਦਾ ਇਹ ਸ਼ਬਦ ਆ, ਕਿ ਤਲਵਾਰਾਂ ਦੇ ਨਾਲ ਯੁੱਧ ਕਰਨ ਦਾ ਇਹ ਸ਼ਬਦ ਆ। ਜਦਕਿ ਕਰੂਸੇਡ ਸ਼ਬਦ ਦਾ ਜੋ ਮਤਲਬ ਹੈ, ਇੱਦਾਂ ਦਾ ਕੁਛ ਨਹੀਂ ਹੈ, ਕਿਉਂਕਿ ਬਾਈਬਲ ਦੱਸਦੀ ਹੈ ਕਿ ਇਹ ਜੋ ਯੁੱਧ ਆ, ਇਹ ਅੰਧਕਾਰ ਦੀ ਉਸ ਮਹਾਰਾਜਿਆਂ ਦੇ ਨਾਲ, ਦੁਸ਼ਟ ਦੀ ਸੈਨਾ ਦੇ ਨਾਲ ਆ। ਪਰਮੇਸ਼ਰ ਦੇ ਵਚਨ 'ਚ ਲਿਖਿਆ, ਤੁਹਾਡੀ ਲੜਾਈ ਕਿਸੇ ਇਨਸਾਨ ਨਾਲ ਨਹੀਂ ਹੈ, ਸ਼ੈਤਾਨ ਨਾਲ ਆ, ਉਹਦੇ ਅੰਧਕੋਰ ਦੇ ਮਹਾਰਾਜੇ ਅਤੇ ਦੁਸ਼ਟ ਦੀ ਸੈਨਾ ਦੇ ਨਾਲ ਆ। ਇਹ ਸ਼ਬਦ ਉਹਨਾਂ ਦੇ ਲਈ ਯੂਜ਼ ਕੀਤਾ ਸੀ, ਜਿਵੇਂ ਜੋ ਲੋਕ ਬਿਮਾਰ ਨੇ, ਨਸ਼ਿਆਂ ਦੇ ਖਿਲਾਫ ਨੇ, ਇਹ ਸ਼ਬਦ ਉਹਨਾਂ ਲਈ ਯੂਜ਼ ਕੀਤਾ ਗਿਆ ਹੈ। ਪਰ ਇਹਨਾਂ ਨੇ ਇਸ ਸ਼ਬਦ ਦੇ ਉੱਤੇ ਬਹੁਤ ਸਾਰੀ ਟਿੱਪਣੀ ਕੀਤੀ ਆ, ਬਹੁਤ ਸਾਰਾ ਵਿਵਾਦ ਖੜਾ ਕਰਤਾ ਆ, ਔਰ ਪਰਮੇਸ਼ਰ ਦੇ ਇਸ ਕੰਮ ਨੂੰ ਉਹਨਾਂ ਨੇ ਪਖੰਡਵਾਦ ਕੀਆ ਆ। ਚਮਤਕਾਰ ਜੋ ਵੀ ਕੁਛ ਪਰਮੇਸ਼ਰ ਆਪਣੇ ਲੋਕਾਂ ਦੇ ਜੀਵਨ 'ਚ, ਜੋ ਲੋਕ ਪ੍ਰਭੂ ਦੇ ਕੋਲ ਆ ਰਹੇ ਨੇ, ਵਿਸ਼ਵਾਸ ਕਰ ਰਹੇ ਨੇ, ਚੰਗੇ ਹੋ ਰਹੇ ਨੇ, ਕਿਉਂਕਿ ਕੋਈ ਵੀ ਪਾਸਟਰ ਇੱਦਾਂ ਦਾਅਵਾ ਨਹੀਂ ਕਰਦਾ ਕਿ ਮੈਂ ਤੁਹਾਨੂੰ ਚੰਗਾ ਕਰਾਂਗਾ, ਮੈਂ ਤੁਹਾਨੂੰ ਠੀਕ ਕਰਾਂਗਾ, ਜਿਵੇਂ ਉਹ ਆਪਣੇ, ਮੈਂ ਉਹਨਾਂ ਦੇ ਕੁਛ ਨਿਊਜ਼ ਚੈਨਲ 'ਤੇ ਇੱਦਾਂ ਦੇ ਬਿਆਨ ਸੁਣੇ ਕਿ ਉਹ ਦੱਸ ਰਹੇ ਨੇ ਕਿ ਮੈਂ ਆਪਣੇ ਮਰੀਜ਼ ਲੈ ਕੇ ਆਵਾਂਗਾ, ਮੈਂ ਆਪਣਾ ਮੁਰਦਾ ਲੈ ਕੇ ਆਵਾਂਗਾ, ਤੁਸੀਂ ਜ਼ਿੰਦਾ ਕਰਕੇ ਦਿਖਾਓ, ਕੀ ਦਿਖਾਓ। ਜਦਕਿ ਕੋਈ ਪਾਸਟਰ ਇੱਦਾਂ ਦਾ ਪ੍ਰਚਾਰ ਨਹੀਂ ਕਰਦਾ ਕਿ ਅਸੀਂ ਚੰਗਾ ਕਰਾਂਗੇ, ਉਹ ਦੱਸਦੇ ਚੰਗਾ ਪ੍ਰਭੂ ਕਰਦਾ ਆ। ਅਗਰ ਤੁਸੀਂ ਯਿਸੂ ਮਸੀਹ ਦਾ ਵਿਸ਼ਵਾਸ ਕਰੋਗੇ ਕਿ ਉਹ ਸਾਡੇ ਪਾਪਾਂ ਲਈ ਮਰਿਆ ਔਰ ਤੀਜੇ ਦਿਨ ਮੁਰਦਿਆਂ 'ਚੋਂ ਜੀ ਉੱਠਿਆ, ਅਗਰ ਤੁਸੀਂ ਵਿਸ਼ਵਾਸ ਕਰਦੇ ਹੋ ਤਾਂ ਬਾਈਬਲ ਦੱਸਦੀ ਤੁਸੀਂ ਬਚਾਏ ਜਾਓਗੇ, ਤੁਸੀਂ ਆਪਣੀਆਂ ਬਿਮਾਰੀਆਂ ਤੋਂ, ਤਕਲੀਫਾਂ ਤੋਂ ਛੁੱਟੋਗੇ। ਇਹ ਪ੍ਰਚਾਰ ਕਰਦੇ ਨੇ ਮਸੀਹ ਲੋਕ, ਪਰ ਉਹ ਦੱਸ ਰਹੇ ਨੇ ਕਿ ਇਹ ਕਹਿੰਦੇ ਨੇ ਕਿ ਇਹ ਪਖੰਡਵਾਦ ਆ ਕਿ ਅਸੀਂ ਚੰਗਾ ਕਰਦੇ। ਕੋਈ ਇੱਦਾਂ ਦਾ ਪਾਸਟਰ, ਕੋਈ ਇੱਦਾਂ ਦਾ ਪ੍ਰਚਾਰ ਨਹੀਂ ਕਰਦਾ ਅਸੀਂ ਚੰਗਾ ਕਰ ਦੇਂਗੇ, ਅਸੀਂ ਮੁਰਦੇ ਜਿੰਦਾ ਕਰ ਦੇਂਗੇ। ਉਹ ਦੱਸਦੇ ਨੇ ਕਿ ਅਗਰ ਤੁਸੀਂ ਸ਼ਾਂਸ ਕਰਦੇ ਹੋ ਤਾਂ ਪ੍ਰਭੂ ਚੰਗਾ ਕਰਦਾ, ਪ੍ਰਭੂ ਹੀਲ ਕਰਦਾ, ਉਹ ਸਾਰੇ ਕੰਮ ਕਰਦਾ। ਪਰ ਇੱਦਾਂ ਦੇ ਝੂਠੇ ਬਿਆਨਬਾਜ਼ੀਆਂ ਦੇ ਕੇ ਲੋਕਾਂ ਦੇ ਅੰਦਰ ਗਲਤ ਅਫਵਾਹਾਂ ਫੈਲਾਉਣੀਆਂ, ਉਹਨਾਂ ਦੇ ਮਨਾਂ ਦੇ ਅੰਦਰ ਇੱਦਾਂ ਦੀਆਂ ਚੀਜ਼ਾਂ ਨੂੰ ਪਾਉਣਾ, ਇੱਕ ਝੂਠੇ ਇਹ ਆਰੋਪ ਆ, ਮੈਂ ਕਹਾਂਗਾ ਇੱਕ ਭੜਕਾਊ ਭਾਸ਼ਣ ਦੀ ਤਰ੍ਹਾਂ ਆ, ਇੱਕ ਜਨਤਾ ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦਾ ਇੱਕ ਮੁੱਦਾ ਆ, ਇੱਕ ਪਲੈਨ ਆ, ਜਦਕਿ ਇੱਦਾਂ ਦਾ ਕੁਛ ਵੀ ਨਹੀਂ ਆ। ਇੰਨੇ ਲੰਬੇ ਸਮੇਂ ਤੋਂ ਮਸੀਹ ਲੋਕ ਪ੍ਰਚਾਰ ਕਰ ਰਹੇ ਨੇ,
ਸਾਰੇ ਧਰਮਾਂ ਦੇ ਲੋਕ ਇੱਥੇ ਜਿੰਨੇ ਪੰਜਾਬ ਦੇ ਵਿੱਚ ਰਹਿੰਦੇ ਨੇ, ਹਿੰਦੂ, ਮੁਸਲਿਮ, ਸਿੱਖ, ਈਸਾਈ, ਅੱਜ ਤੱਕ ਇੱਦਾਂ ਦਾ ਕੋਈ ਵਿਵਾਦ ਨਹੀਂ ਉੱਠਿਆ ਕਿ ਉਹਨਾਂ ਨੇ ਕਿਸੇ ਜਗ੍ਹਾ ਤੇ ਇੱਦਾਂ ਸੰਗਤੀ ਕੀਤੀ, ਬਹੁਤ ਸਾਰੇ ਲੋਕਾਂ ਨੂੰ ਇਕੱਠਿਆ ਕੀਤਾ ਔਰ ਉਸ ਜਗ੍ਹਾ ਤੇ ਬਹੁਤ ਤਲਵਾਰਾਂ ਚੱਲੀਆਂ, ਬਹੁਤ ਯੁੱਧ ਹੋਇਆ, ਬਹੁਤ ਸਾਰੇ ਲੋਕ ਮਾਰੇ ਗਏ। ਅਗਰ ਇਹ ਸਾਬਿਤ ਕਰ ਦੇਣ ਕਿ ਕਿੱਥੇ ਹੋਇਆ ਇੱਦਾਂ ਦਾ ਕੁਛ ਨਹੀਂ ਹੋਇਆ, ਕਦੀ ਅੱਜ ਤੱਕ ਨਹੀਂ ਹੋਇਆ, ਤਾਂ ਇਹ ਬਸ ਐਵੇਂ ਇੱਕ ਝੂਠੀ ਅਫਵਾਹ ਆ ਲੋਕਾਂ ਦੇ ਮਨਾਂ ਦੇ ਅੰਦਰ ਗਲਤ ਫਹਿਮੀ ਪੈਦਾ ਕਰਨ ਦੀ, ਕਿਉਂਕਿ ਮੈਂ ਤਾਂ ਬਸ ਜਾਣਦਾ ਹਾਂ ਕਿ ਇਹ ਟ੍ਰੈਂਡ ਹੋ ਚੁੱਕਾ ਕਿ ਅਗਰ ਤੁਸੀਂ ਦੁਨੀਆ 'ਚ ਮਸ਼ਹੂਰ ਹੋਣਾ ਤਾਂ ਕ੍ਰਿਸਚਨੈਲਿਟੀ ਦੇ ਖਿਲਾਫ਼ ਬੋਲੋ, ਮਸੀਹ ਲੋਕਾਂ ਦੇ ਖਿਲਾਫ਼ ਬੋਲੋ, ਜੋ ਇਹ ਬਾਬਾ ਗੁਰਪ੍ਰੀਤ ਸਿੰਘ ਉਦਾਸੀ ਜੀ ਜੋ ਕਰ ਰਹੇ ਨੇ, ਬੋਲੋ ਕੀ ਨਹੀਂ, ਜੋ ਲੋਕ ਜੋ ਇਹ ਕਰ ਰਹੇ ਨੇ, ਜਦ ਕਿ ਇੱਦਾਂ ਦਾ ਕੁਛ ਵੀ ਨਹੀਂ ਆ। ਮਸੀਹ ਲੋਕ ਇੰਨੇ ਸਮੇਂ ਤੋਂ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਹੇ ਨੇ, ਇੱਦਾਂ ਦਾ ਕੋਈ ਜਿੱਦਾਂ ਦਾ ਇਹ ਵਿਵਾਦ ਦੱਸ ਰਹੇ ਨੇ ਕਰੂਸੇਡ ਸ਼ਬਦ ਨੂੰ ਲੈ ਕੇ ਜਾਂ ਪਖੰਡਵਾਦ ਨੂੰ ਲੈ ਕੇ, ਜਾਂ ਕੋਈ ਵੀ ਪਾਸਟਰ ਦਾਅਵਾ ਕਰਦਾ ਹੈ ਕਿ ਅਸੀਂ ਮਰੀਜ਼ਾਂ ਨੂੰ ਚੰਗਾ ਕਰਾਂਗੇ, ਮੁਰਦਿਆਂ ਨੂੰ ਜ਼ਿੰਦਾ ਕਰਾਂਗੇ, ਇੱਦਾਂ ਦਾ ਕੁਛ ਵੀ ਨਹੀਂ। ਕਿਉਂਕਿ ਉਹ ਦੱਸਦੇ ਨੇ ਕਿ ਅਗਰ ਤੁਸੀਂ ਸ਼ਾਸ ਕਰੋਗੇ ਪ੍ਰਭੂ ਤੁਹਾਨੂੰ ਚੰਗਾ ਕਰੇ, ਕੌਣ ਚੰਗਾ ਕਰੇਗਾ, ਪ੍ਰਭੂ ਤੁਹਾਨੂੰ ਚੰਗਾ ਕਰੇਗਾ। ਪਰ ਇਹ ਸਾਰੀਆਂ ਝੂਠੀਆਂ ਅਫਵਾਹਾਂ ਨੇ। ਮੈਂ ਉਹਨਾਂ ਦਾ ਇੱਕ ਹੋਰ ਨਿਊਜ਼ ਚੈਨਲ ਦੇ ਉੱਪਰ ਮੈਂ ਉਹਨਾਂ ਦਾ ਇੱਕ ਵੀਡੀਓ ਨੂੰ ਵੇਖਿਆ, ਜਿਹਦੇ ਵਿੱਚ ਪ੍ਰੈਸ ਰਿਪੋਰਟਰ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਇਹਨਾਂ ਨੂੰ ਪਖੰਡਵਾਦ ਦੱਸਦੇ ਹੋ। ਮਸੀਹ ਲੋਕ ਜੋ ਉਹ ਲੋਕ ਵਿਸ਼ਵਾਸ ਕਰਦੇ ਨੇ ਜੀਜਸ 'ਤੇ, ਉਹ ਕਹਿੰਦੇ ਨੇ ਕਿ ਸਾਡਾ ਜੀਸਸ ਦੇ ਉੱਪਰ ਵਿਸ਼ਵਾਸ ਆ, ਅਤੇ ਤੁਸੀਂ ਕਹਿ ਰਹੇ ਜੇ ਕਿ ਇਹ ਪਖੰਡਵਾਦ ਆ। ਬੋਲੋ ਕੀ ਹੈ, ਇਹ ਪਖੰਡਵਾਦ ਆ। ਇੱਕ ਪ੍ਰੈਸ ਰਿਪੋਰਟਰ ਗੁਰਪ੍ਰੀਤ ਜੀ ਨੂੰ, ਉਦਾਸੀ ਜੀ ਨੂੰ ਇਹ ਸਵਾਲ ਕਰ ਰਿਹਾ ਆ, ਅਤੇ ਉਹ ਇੱਕ ਉਦਾਹਰਣ ਦਿੰਦਾ ਅੱਗੋਂ। ਉਹ ਜੁੱਤੀ ਲਾ ਕੇ ਆਪਣੀ ਇੱਦਾਂ ਕਰਕੇ ਪੈਰ ਦੀ ਜੁੱਤੀ ਲਾ ਕੇ ਕਹਿੰਦਾ ਕਿ ਮੈਂ ਅਗਰ ਕਹਾਂ ਕਿ ਇਹ ਮੈਂ ਵਿਸ਼ਵਾਸ ਕਰਦਾ ਜੁੱਤੀ ਚੱਲੇਗੀ, ਤਾਂ ਕੀ ਇਹ ਜੁੱਤੀ ਚੱਲੇਗੀ? ਮੈਂ ਵਿਸ਼ਵਾਸ ਕਰਦਾ ਜੁੱਤੀ ਚੱਲੇਗੀ, ਤੇ ਇੱਦਾਂ ਹੋ ਸਕਦਾ ਹੈ ਕਿ ਮੇਰੇ ਵਿਸ਼ਵਾਸ ਦੇ ਨਾਲ ਜੁੱਤੀ ਚੱਲ ਜੇ? ਪਰ ਬਾਬਾ ਜੀ, ਤੁਸੀਂ ਪਖੰਡ ਦੱਸ ਰਹੇ ਹੋ, ਪਰ ਉਹ ਕਹਿੰਦੇ ਜੀ ਸਾਡਾ ਵਿਸ਼ਵਾਸ ਹੈ ਜੀਸਸ ਦੇ ਉੱਪਰ, ਵਿਸ਼ਵਾਸ ਹੈ ਉਹਦੀ ਜਿਹੜੀ ਆ ਰਹਿਮਤ ਹੁੰਦੀ ਆ ਤਾਂ ਸਹੀ ਹੋ ਜਾਂਦੇ ਨੇ ਮੇਰੀ ਆ ਵਿਸ਼ਵਾਸ। ਚਲੋ ਮੈਂ ਵਿਸ਼ਵਾਸ ਕਰਦਾ ਮੇਰੀ ਜਿਹੜੀ ਜੁੱਤੀ ਆਪੇ ਚੱਲੇਗੀ, ਮੇਰਾ ਵਿਸ਼ਵਾਸ ਹੈ ਜੁੱਤੀ ਚੱਲੇਗੀ। ਹੁਣ ਨਹੀਂ ਚੱਲੇ ਨਾ, ਗੱਲ ਵਿਸ਼ਵਾਸ ਦੀ ਨਹੀਂ ਹੈ, ਗੱਲ ਉਹਦੇ ਆਊਟਕਮ ਦੀ ਹੈ। ਉਹ ਕਹਿ ਰਹੇ ਕਿ ਇਹ ਸਿਰਫ ਇੱਕ ਆਊਟਕਮ, ਆਊਟਕਮ ਦਾ ਮਤਲਬ ਇਹ ਨਤੀਜਾ ਨਹੀਂ ਹੈ ਕਿ ਤੁਸੀਂ ਸ਼ਾਸ ਕਰਦੇ ਹੋ ਤੋ ਇੱਦਾਂ ਜੁੱਤੀ ਚੱਲੇਗੀ। ਉਹ ਇੱਕ ਕਿਸੇ ਦੇ ਈਸਟ ਨੂੰ, ਕਿਸੇ ਦੇ ਪਰਮਾਤਮਾ ਨੂੰ ਲੈ ਕੇ ਇੱਕ ਅਗਰ ਉਦਾਹਰਣ ਤੁਸੀਂ ਦੇਣੀ ਤਾਂ ਕੋਈ ਚੰਗੀ ਦਿਓ, ਚੰਗੀ ਉਦਾਹਰਣ ਦੇ ਨਾਲ ਗੱਲ ਕਰੋ। ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ? ਤੁਸੀਂ ਪੜ੍ਹੇ ਲਿਖੇ ਇੱਕ ਇਨਸਾਨ ਹੋ, ਕਿਸੇ ਦੇ ਈਸਟ ਦੇ ਖਿਲਾਫ਼ ਤੁਸੀਂ ਇੱਦਾਂ ਯੁੱਤੀਆਂ ਦੀਆਂ ਉਦਾਹਰਣਾਂ ਦੇ ਰਹੇ, ਚੰਗੀ ਗੱਲ ਨਹੀਂ। ਤੋ ਫਿਰ ਮੈਂ ਦੱਸਣਾ ਚਾਹੁੰਦਾ ਕਿ ਕੀ ਤੁਹਾਡੇ ਵਿੱਚ ਨਹੀਂ ਦੱਸਦੇ ਕਿ ਧੰਨੇ ਜੱਟ ਨੇ ਪੱਥਰ ਦੇ ਉੱਤੇ ਵਿਸ਼ਵਾਸ ਕੀਤਾ ਤੇ ਉਹਨੇ ਰੱਬ ਪੱਥਰ ਚੋਂ ਪਾ ਲਿਆ? ਗੱਲ ਵਿਸ਼ਵਾਸ ਦੀ ਆ, ਤੇ ਤੁਸੀਂ ਫਿਰ ਉਦਾਹਰਣ ਜੁੱਤੀ ਦੀ ਲਾ ਰਹੇ ਹੋ? ਇੱਦਾਂ ਦਾ ਕੁਛ ਨਹੀਂ ਆ। ਤੁਸੀਂ ਇੱਦਾਂ ਦੀਆਂ ਬਿਆਨਬਾਜ਼ੀਆਂ ਦੇ ਕੇ ਜਨਤਾ ਦੇ ਵਿੱਚ ਭੜਕਾਊ ਭਾਸ਼ਣ ਕਰਕੇ ਲੋਕਾਂ ਦੀਆਂ ਮਨਾਂ ਦੇ ਵਿੱਚ ਇੱਦਾਂ ਦੀਆਂ ਗਲਤ ਫਹਿਮੀਆਂ ਨਾ ਪਾਓ। ਪਲੀਜ਼, ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਲੋਕਾਂ ਨੂੰ ਰੋਕਿਆ ਜਾਵੇ, ਇਸੋ ਜਿਹੇ ਬੰਦਿਆਂ ਨੂੰ, ਕਿਉਂਕਿ ਇੱਦਾਂ ਦੇ ਕੰਮ ਜਿੰਨੇ ਨੇ ਸਾਰੇ ਇਹ ਪਲੈਨ ਦੇ ਨਾਲ ਹੁੰਦੇ ਨੇ, ਔਰ ਬਿਨਾਂ ਪਲੈਨ ਤੋਂ ਕਦੀ ਕੁਛ ਨਹੀਂ ਹੁੰਦਾ। ਇਹ ਪਲੈਨ ਹੈ, ਪਹਿਲਾਂ ਤੋਂ ਪਲੈਨ ਕੀਤਾ ਗਿਆ ਆ।
ਤੇ ਹੋ ਰਿਹਾ ਹੈ। ਸੋ ਮੈਂ ਦੱਸਣਾ ਚਾਹੁੰਦਾ ਬਸ ਇੰਨਾ ਹੀ ਕਿ ਜਲਦ ਮੰਗ ਕਰਦਾ ਪ੍ਰਸ਼ਾਸਨ ਤੋਂ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਰੋਕਿਆ ਜਾਵੇ। ਜਦਕਿ ਮਸੀਹ ਲੋਕ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਨੇ, ਸਭ ਧਰਮਾਂ ਦਾ ਸਨਮਾਨ ਕਰਦੇ ਹਾਂ। ਇੰਨੇ ਲੰਮੇ ਸਮੇਂ ਤੋਂ ਅਸੀਂ ਵੀ ਪੰਜਾਬ ਦੇ ਵਿੱਚ ਰਹਿ ਰਹੇ ਹਾਂ, ਇੱਦਾਂ ਦਾ ਕਦੀ ਮੈਂ ਅੱਜ ਤੱਕ ਕੁਛ ਅੱਜ ਤੱਕ ਨਹੀਂ ਦੇਖਿਆ ਕਿ ਮਸੀਹ ਲੋਕਾਂ ਨੇ ਕਿਸੇ ਧਰਮ ਦੇ ਖਿਲਾਫ਼ ਜਾਂ ਕੋਈ ਇੱਦਾਂ ਸੰਗਤੀ ਕੀਤੀ, ਉੱਥੇ ਇੱਦਾਂ ਦਾ ਕੁਛ ਹੋਇਆ, ਇੱਦਾਂ ਦਾ ਕੁਛ ਨਹੀਂ ਹੋਇਆ। ਤੋ ਇਹ ਸਭ ਇੱਕ ਝੂਠੀਆਂ ਅਫਵਾਹਾਂ ਨੇ, ਇੱਕ ਆਰੋਪ ਆ, ਇੱਕ ਜਨਤਾ ਦੇ ਅੰਦਰ ਗਲਤ ਫਹਿਮੀ ਪੈਦਾ ਕਰਨੀ, ਇੱਦਾਂ ਦਾ ਕੁਛ ਨਹੀਂ ਆ। ਸੋ ਮੈਂ ਬਸ ਇੰਨਾ ਦੱਸਣਾ ਚਾਹੁੰਦਾ ਔਰ ਪਰਮਾਤਮਾ ਇਹਨਾਂ ਨੂੰ ਬੁੱਧੀ ਦੇਵੇ, ਸਮਝ ਦੇਵੇ, ਤਾਂ ਕਿ ਜੋ ਕੁਛ ਵੀ ਬੋਲ ਰਹੇ ਨੇ। ਯਿਸੂ ਮਸੀਹ ਨੇ ਕਿਹਾ ਸੀ ਕਿ ਜਦੋਂ ਉਹਨਾਂ ਨੂੰ ਕਰੂਸ ਉੱਤੇ ਕੁਛ ਅਧਰਮੀ ਲੋਕਾਂ ਨੇ ਲਟਕਾ ਦਿੱਤਾ, ਚੜਾ ਦਿੱਤਾ, ਤਾਂ ਯਿਸੂ ਮਸੀਹ ਨੇ ਕਿਹਾ ਹੇ ਪਿਤਾ ਇਹਨਾਂ ਨੂੰ ਮਾਫ਼ ਕਰ ਕਿਉਂਕਿ ਜਾਣਦੇ ਨਹੀਂ ਹੈ। ਜੋ ਕੁਛ ਵੀ ਮੇਰੇ ਨਾਲ ਕਰ ਰਹੇ ਨੇ, ਕਿਉਂਕਿ ਯਿਸੂ ਮਸੀਹ ਦਾ ਮਰਨਾ ਪੂਰੀ ਦੁਨੀਆ ਦੇ ਲਈ ਉਧਾਰ ਸੀ, ਛੁਟਕਾਰਾ ਸੀ ਪਾਪ ਤੋਂ। ਇਸ ਲਈ ਯਿਸੂ ਮਸੀਹ ਨੇ ਕਿਹਾ ਹੇ ਪਿਤਾ ਇਹ ਜਾਣਦੇ ਨੇ, ਇਹਨਾਂ ਨੂੰ ਮਾਫ਼ ਕਰ। ਤੋ ਮੈਂ ਵੀ ਚਾਹੁੰਦਾ ਕਿ ਪਰਮੇਸ਼ੁਰ ਇਹਨਾਂ ਨੂੰ ਮਾਫ਼ ਕਰੇ, ਜੋ ਕੁਛ ਵੀ ਕਰ ਰਹੇ ਨੇ ਇਹਨਾਂ ਨੂੰ ਬੁੱਧੀ ਦੇਵੇ ਔਰ ਪਰਮਾਤਮਾ ਇਹਨਾਂ ਨੂੰ ਸਬੁੱਧ ਬਖਸ਼ੇ, ਤਾਂ ਕਿ ਜੋ ਕੁਛ ਕਰ ਰਹੇ ਨੇ ਜਾਣਦੇ ਨਹੀਂ ਆ। ਜਿਸ ਕੰਮ ਨੂੰ ਖੁਦਾ ਦੇ ਉਸ ਪਵਿੱਤਰ ਕੰਮ ਨੂੰ ਇਹ ਪਖੰਡਵਾਦ ਕਹਿ ਰਹੇ ਨੇ, ਕਿਉਂਕਿ ਪਖੰਡਵਾਦ ਨਾਲ ਕੋਈ 10-20 ਹਜ਼ਾਰ, ਕੋਈ 10 ਹਜ਼ਾਰ, 50 ਹਜ਼ਾਰ, 2 ਲੱਖ, 5 ਲੱਖ, 10 ਲੱਖ ਤੁਸੀਂ ਲੋਕ ਪਿੱਛੇ ਲਾ ਸਕਦੇ ਹੋ। ਤੁਸੀਂ ਕਰੋੜਾਂ ਲੋਕਾਂ ਨੂੰ ਪਿੱਛੇ ਨਹੀਂ ਲਗਾ ਸਕਦੇ, ਕਰੋੜਾਂ ਲੋਕਾਂ ਦੇ ਹਿਰਦਿਆਂ ਨੂੰ ਨਹੀਂ ਜਿੱਤ ਸਕਦੇ। ਤੇ ਇਹ ਪਖੰਡਵਾਦ ਨਹੀਂ ਹੈ, ਇਹ ਸੱਚਾਈ ਹੈ ਜੋ ਯਿਸੂ ਮਸੀਹ ਨੇ ਕਿਹਾ ਸੀ। ਬੋਲੋ ਕਿ ਯਿਸੂ ਮਸੀਹ ਨੇ ਕਿਹਾ ਸੀ, ਜੋ ਯਿਸੂ ਮਸੀਹ ਨੇ ਕਿਹਾ ਉਹ ਹੋ ਰਿਹਾ ਕਿ ਮੇਰੇ ਨਾਮ ਦੇ ਵਿੱਚ ਰੋਗੀ ਚੰਗੇ ਹੋਣਗੇ। ਕਿਉਂ ਹੋਣਗੇ? ਕਿਉਂਕਿ ਸਵਰਗ ਅਤੇ ਪ੍ਰਿਥਵੀ ਦਾ ਅਧਿਕਾਰ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ। ਉਹਨੇ ਕਿਹਾ ਜਾਓ ਜਾ ਕੇ ਸਭ ਜਾਤੀਆਂ ਦੇ ਲੋਕਾਂ ਨੂੰ ਇਹ ਸੁਸਮਾਚਾਰ ਦਿਓ, ਜੋ ਲੋਕ ਦੁਖੀ ਨੇ ਉਹਨਾਂ ਨੂੰ ਜਾ ਕੇ ਦੱਸੋ। ਯਿਸੂ ਮਸੀਹ ਨੇ ਖੁਦ ਇਹ ਗੱਲ ਕਹੀ ਕਿ ਸਭ ਜਾਤੀਆਂ ਨੂੰ ਜਾ ਕੇ ਦੱਸੋ ਔਰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ 'ਚ ਉਹਨਾਂ ਨੂੰ ਬਪਤਿਸਮਾ ਦਿਓ, ਤਾਂ ਕਿ ਉਹ ਲੋਕ ਬਚਾਏ ਜਾਣ। ਕਿਉਂਕਿ ਇਹ ਜੋ ਲੜਾਈ ਦੱਸ ਰਹੇ ਨੇ, ਇਹ ਜੋ ਜੰਗ ਆ ਤਲਵਾਰਾਂ ਦੇ ਸ਼ਬਦ ਨੂੰ ਲੈ ਕੇ ਦੱਸ ਰਹੇ ਨੇ, ਕਰੂਸੇਡ ਸ਼ਬਦ ਨੂੰ, ਇਹ ਜੰਗ ਇੱਕ ਪਾਪ ਦੇ ਖਿਲਾਫ ਆ, ਨਸ਼ਿਆਂ ਤੇ ਬਿਮਾਰੀਆਂ ਦੇ ਖਿਲਾਫ ਆ, ਉਸ ਦੁਸ਼ਟ ਤੇ ਦੁਸ਼ਟ ਦੀ ਸੈਨਾ ਦੇ ਖਿਲਾਫ ਆ, ਨਾ ਕਿ ਕਿਸੇ ਧਰਮ ਦੇ ਖਿਲਾਫ ਆ, ਨਾ ਕਿਸੇ ਜਾਤੀਵਾਦ ਦੇ ਖਿਲਾਫ ਆ, ਇਹਨਾਂ ਦਾ ਕੁਛ ਨਹੀਂ ਆ। ਪਰ ਮੈਂ ਸੋਚ ਰਿਹਾ ਕਿ ਜੋ ਵਚਨ 'ਚ ਲਿਖਿਆ ਕਿ ਜੋ ਸਰੀਰਕ ਇਨਸਾਨ ਆ ਉਹ ਆਤਮਾ ਦੀ ਗੱਲ ਨੂੰ ਨਹੀਂ ਸਮਝ ਸਕਦਾ, ਕਿਉਂਕਿ ਅਗਰ ਇਹ ਬਾਈਬਲ ਦੇ ਸਿਧਾਂਤ ਨੂੰ ਜਾਣਦੇ, ਸਮਝਦੇ ਹੁੰਦੇ ਕਿ ਯਿਸੂ ਮਸੀਹ ਨੇ ਕੀ ਕਿਹਾ। ਬੇਸ਼ੱਕ ਚਾਹੇ ਇਹਨਾਂ ਨੇ ਕੁਝ ਆਇਤਾਂ ਨੂੰ ਬਾਈਬਲ 'ਚੋਂ ਪੜ੍ਹਿਆ ਹੋਏਗਾ, ਕੁਛ ਦੇਖਿਆ ਹੋਇਆ ਹੈਗਾ, ਤਾਂ ਇਹ ਸਭ ਆਰੋਪ ਲਗਾ ਰਹੇ ਨੇ, ਇੱਦਾਂ ਬੋਲ ਰਹੇ ਨੇ। ਪਰ ਇਹ ਆਤਮਾ ਤੋਂ ਬਗੈਰ ਕੋਈ ਇਨਸਾਨ ਪਰਮੇਸ਼ੁਰ ਨੇ ਪਹਿਲਾਂ ਹੀ ਲਿਖ ਕੇ ਦਿੱਤਾ ਕਿ ਇਹਨੂੰ ਸਰੀਰਕ ਇਨਸਾਨ ਨੇ ਕੋਈ ਸਮਝ ਸਕਦਾ। ਇਹਨੂੰ ਸਮਝਣ ਦੇ ਲਈ ਸਾਨੂੰ ਆਤਮਿਕ ਬਣਨਾ ਪਏਗਾ। ਸੋ ਜਿੰਨਾ ਤੱਕ ਅਸੀਂ ਆਤਮਿਕ ਨਹੀਂ ਬਣਾਂਗੇ, ਅਸੀਂ ਸਮਝ ਨਹੀਂ ਪਾਵਾਂਗੇ। ਅਗਰ ਤੁਸੀਂ ਭਾਈ ਗੁਰਪ੍ਰੀਤ ਉਦਾਸੀ ਜੀ, ਅਗਰ ਤੁਸੀਂ ਸਮਝ ਆਉਂਦੇ ਤਾਂ ਫਿਰ ਤੁਸੀਂ ਕਦੇ ਵੀ ਇਹ ਗੱਲਾਂ ਇੱਦਾਂ ਨਹੀਂ ਸੀ ਬੋਲਣੀਆਂ। ਸੋ ਪਰਮਾਤਮਾ ਤੁਹਾਨੂੰ ਔਰ ਸਮਝ ਦੇਵੇ ਔਰ
ਮੈਂ ਬਸ ਇੰਨਾ ਹੀ ਦੱਸਣਾ ਚਾਹੁੰਦਾ ਹਾਂ ਕਿ ਜੋ ਪੰਜਾਬ ਦਾ ਮਾਹੌਲ ਆ ਉਹ ਬੜੇ ਲੰਮੇ ਸਮੇਂ ਤੋਂ ਬੜਾ ਅੱਛਾ ਮਨ ਸ਼ਾਂਤੀ ਦੇ ਨਾਲ ਸਭ ਧਰਮਾਂ ਦੇ ਲੋਕ ਇੱਥੇ ਰਹਿ ਰਹੇ ਨੇ, ਪਰ ਇੱਦਾਂ ਕੁਛ ਲੋਕ ਖੜ੍ਹੇ ਹੋ ਕੇ ਆਪਣੇ ਨਾਮ ਨੂੰ ਪਾਪੂਲਰ ਕਰਨ ਦੇ ਲਈ ਇਸ ਦੁਨੀਆ 'ਚ ਇੱਕ ਧਰਮ ਦੇ ਖਿਲਾਫ ਕੁਛ ਵੀ ਇੱਦਾਂ ਬੋਲ ਕੇ ਉਹ ਕੁਛ ਕਰਨਾ ਚਾਹੁੰਦੇ ਨੇ, ਕੀ ਪਲੈਨ ਹੈ ਉਹਨਾਂ ਦਾ ਮੈਂ ਨਹੀਂ ਜਾਣਦਾ। ਔਰ ਮੈਂ ਬਸ ਇੰਨਾ ਦੱਸਣਾ ਚਾਹੁੰਦਾ ਮੈਂ ਬਾਕੀ ਲੋਕਾਂ ਨੂੰ ਵੀ ਔਰ ਮਸੀਹੀ ਲੋਕਾਂ ਨੂੰ ਵੀ, ਔਰ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਤਾਂ ਕਿ ਦੂਸਰਿਆਂ ਤੱਕ ਪਹੁੰਚੇ ਔਰ ਲੋਕ ਇਸ ਗੱਲ ਨੂੰ ਸਮਝਣ, ਜਦਕਿ ਇੱਦਾਂ ਦਾ ਕੋਈ ਵੀ ਮਸੀਹ ਲੋਕਾਂ ਦਾ ਕੋਈ ਮੁੱਦਾ ਨਹੀਂ ਆ ਕਿ ਲੋਕਾਂ ਦਾ ਜਬਰਨ ਧਰਮ ਪਰਿਵਰਤਨ ਕਰਵਾਇਆ ਜਾਵੇ ਜਿਵੇਂ ਇਹ ਦੱਸ ਰਹੇ ਨੇ, ਕਿਉਂਕਿ ਕਦੀ ਵੀ ਕਿਸੇ ਨੂੰ ਆਪਾਂ ਜ਼ਬਰਦਸਤੀ ਕਿਸੇ ਧਰਮ 'ਚ ਨਹੀਂ ਲੈ ਕੇ ਆ ਸਕਦੇ। ਅਤੇ ਜੇ ਗੱਲ ਧਰਮ ਦੀ ਕੀਤੀ ਜਾਵੇ ਤਾਂ ਇਹ ਸੰਵਿਧਾਨ ਵੀ ਸਾਨੂੰ ਦੱਸਦਾ, ਸਾਡਾ ਇਹ ਸੰਵਿਧਾਨ ਆ ਜੋ ਡਾਕਟਰ ਅੰਬੇਦਕਰ ਦੇ ਦੁਆਰਾ ਬਣਿਆ ਆ ਕਿ ਤੁਹਾਡਾ ਮਨ ਆ, ਤੁਸੀਂ ਕਿਸੇ ਵੀ ਧਰਮ 'ਚ ਜਾ ਸਕਦੇ ਹੋ, ਕਿਸੇ ਵੀ ਧਰਮ ਨੂੰ ਛੱਡ ਸਕਦੇ ਹੋ, ਇਹ ਤੁਹਾਡੀ ਇੱਛਾ ਹੈ। ਤੋ ਇਹ ਸਾਡੀ ਮਨਸਾ ਹੈ, ਤੋ ਲੋਕਾਂ ਦੀ ਮਨਸ਼ਾ ਹੈ, ਲੋਕ ਸਮਝ ਰਹੇ ਨੇ, ਵਿਸ਼ਵਾਸ ਕਰ ਰਹੇ ਨੇ, ਦੁਖੀ ਲੋਕ ਨੇ ਉਹ ਪ੍ਰਭੂ ਨੂੰ ਅਸੈਪਟ ਕਰ ਰਹੇ ਨੇ, ਉਹ ਸਮਝ ਰਹੇ ਨੇ। ਤੋ ਮੈਂ ਬਸ ਇੰਨਾ ਹੀ ਦੱਸਣਾ ਚਾਹੁੰਦਾ ਹਾਂ, ਔਰ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਇਹਨਾਂ ਸਭ ਗੱਲਾਂ ਨਾਲ ਬਰਕਤ ਦੇ ਯਿਸ਼ੂ ਮਸੀਹ ਦੇ ਨਾਮ 'ਚ। ਆਮੀਨ।